ਸ਼ਿਕਾਲ ਜੀ, ਮੇਰਾ ਨਾਮ ਗਗਨਦੀਪ, ਮੈਂ ਜੀ ਪੰਜਾਬ ਤੋਂ ਹੀ ਹਾਂ। ਪਰ ਮੇਰਾ ਵੇਟ ਸੀ 100। ਮੇਰੇ ਬੀ ਪੀ ਦੀ, ਸ਼ੂਗਰ ਦੀ ਹਮੇਸ਼ਾ ਪ੍ਰੋਬਲਮ ਬਣੀ ਰਹਿੰਦੀ ਸੀ ਔਰ ਗੋਡਿਆਂ 'ਚ ਵੀ ਦਰਦ ਰਹਿਣਾ, ਬੋਡੀ ਪੇਨ ਵੀ ਰਹਿਣਾ। ਬਟ ਇਹ ਹੈ ਕਿ ਜਦੋਂ ਨਾ ਮੈਂ ਆਪਰੇਟ ਕਰਵਾਇਆ ਵਾ, ਮੇਰੀ ਪ੍ਰੋਬਲਮ ਸਾਰੀਆਂ ਫਿਨਿਸ਼ ਹੋ ਚੁੱਕੀਆਂ ਵਾ। ਜਿਵੇਂ ਕਿ ਸ਼ੂਗਰ ਦੀ ਸੀ, ਸ਼ੂਗਰ ਵੀ ਠੀਕ ਹੋ ਗਈ, ਬੀ ਪੀ ਵੀ ਠੀਕ ਹੋ ਗਿਆ ਔਰ ਜਿਹੜਾ ਵੇਟ ਆ, ਵੇਟ ਮੇਰਾ ਇਸ ਟਾਈਪ ਹੈਗਾ ਜੇ 86। ਸਿਰਫ ਨੀਅਰ ਅਬਾਊਟ ਮੇਰੇ ਓਪਰੇਟ ਨੂੰ 1.5-2 ਮਹੀਨੇ ਹੀ ਹੋਏ ਆ ਔਰ ਅੱਗੇ ਨੂੰ ਬਹੁਤ ਆਪਣੇ ਆਪ ਨੂੰ ਰਿਲੀਫ ਫੀਲ ਕਰਦੀ ਹਾਂ। ਪਰ ਮੈਨੂੰ ਜਿਹੜਾ ਸਟਾਰ ਹੋਸਪਿਟਲ ਦਾ ਸੀ, ਅਸੀਂ 3 ਮਹੀਨੇ ਪਹਿਲਾਂ ਅਸੀਂ ਸਰਚ ਕਰਦੇ ਰਹੇ ਹਾਂ, ਫਿਰ ਸਾਨੂੰ ਨੈੱਟ ਤੋਂ ਪਤਾ ਲੱਗਾ, ਫਿਰ ਡਾਕਟਰ ਸਾਹਿਬ ਨੂੰ ਅਸੀਂ ਮਿਲਣ ਆਏ ਔਰ ਡਾਕਟਰ ਸਾਹਿਬ ਨੇ ਬਹੁਤ ਸਾਨੂੰ ਤਸੱਲੀ ਦਵਾਈ, ਫਿਰ ਅਸੀਂ ਓਪਰੇਟ ਦਾ ਡਿਸੀਜ਼ਨ ਲਿਆ ਔਰ ਅੱਬ ਹੁਣ ਮੈਂ ਬਿਲਕੁਲ ਠੀਕ ਹਾਂ ਜੀ। ਮੈਂ ਜਿਹੜੀ ਸਰਜਰੀ ਕਰਵਾਈ ਸੀ, ਉਹਦੇ ਬਾਅਦ ਸਿਰਫ ਮੇਰੇ ਕੋਲ 2 ਦਿਨ ਸੀ ਔਰ ਹਫਤੇ ਦੇ ਵਿੱਚ ਮੈਂ ਬਿਲਕੁਲ ਠੀਕ ਹੋ ਗਈ, ਤੁਸੀਂ ਦੇਖ ਸਕਦੇ ਹੋ। ਔਰ ਮੈਂ ਤਾਂ ਇਹੀ ਐਡਵਾਈਸ ਕਰਾਂਗੀ ਕਿ ਜਿਸ ਨੂੰ ਵੀ ਪ੍ਰੋਬਲਮ ਲੱਗਦੀ ਆ, ਸਰਜਰੀ ਇਜ਼ ਬੈਸਟ ਡਿਸੀਜ਼ਨ।